हाँ जी सत श्री अकाल जी, न्यू 26 देखने का स्वागत करना। न्यू 26 तो बूटा लद्दण, इन्नी भीड़ के पहचान बनाउणी सौखी नहीं होंगी, इन्नी भीड़ के पहचान बनाउणी सौखी नहीं होंगी। चौलों की कदे पकती होंगी कदे रोटी नहीं होंगी, चौलों की कदे पकती हुई कदे रोटी नहीं होंगी। अज पंजाब के बहुत ही प्रसिद्ध म्यूजिक डायरैक्टर साढ़े नाल मौजूद ने। सत श्री अकाल जी, वैस्टर्न स्टाइल स्टूडियो तो म्यूजिक डायरैक्टर। सो न्यूज़ 26 टीम का बहुत बहुत धन्यवाद है जो मेरे को इंटरव्यू ले आई है। सारी टीम का बहुत बहुत धन्यवाद, थैंक यू जी। सत श्री अकाल दोस्तों, अज असी वैस्टर्न स्टाइल के स्टूडियो के मैं ते वीर प्रताप सिंह एकका एक गीत तुहाडे वास्ते लैके आ रहे हैं। बहुत वधिया सुनेहा है दिवाली के उपर, उम्मीद है कि तुसीं इहनूं पसंद करोगे ते अगे शेयर करोगे। पांद पांद दियां रज खादियां मिठाइयां, बंगले ते कोठियां भी खूब रोशनाइयां। पांद पांद दियां रज खादियां मिठाइयां, बंगले ते कोठियां भी खूब रोशनाइयां। शॉपिंगां पटाखियां ते फूकते हजारां, शॉपिंगां पटाखियां ते फूकते हजारां। किसे भुखे दा पेट असी पोचिया ही नहीं, कई साल हो गए मनाउंदियां दिवाली, कदे रब नूं मनाउण बारे सोचिया ही नहीं। कई साल हो गए मनाउंदियां दिवाली, कदे रब नूं मनाउण बारे सोचिया ही नहीं। जिद्दां कि संगीत दे विच पहला पहला बंदा जिहड़ा सिखदा ते बंदे नूं सिखदे नूं प्रॉब्लम आउंदियां ने, इक घर वल्लों तुहानूं किन्नी कु सपोर्ट रही है? ਮੈਨੂੰ ਜੀ ਘਰ ਵੱਲੋਂ ਜਿਵੇਂ ਕੀਰਤਨ, ਸਾਡੀ ਸਾਰੀ ਫੈਮਿਲੀ ਉਹ ਗੁਰਸਿੱਖ ਹੈ, ਕੀਰਤਨ ਪਾਪਾ ਵੀ ਕੀਰਤਨ ਕਰਦੇ ਸੀ। ਅਸੀਂ ਸ਼ੁਰੂ ਤੋਂ ਗੁਰਦੁਆਰਾ ਸਾਹਿਬ ਵਿੱਚ ਰਹੇ ਹਾਂ, ਪਲੇ ਹਾਂ ਉੱਥੇ, ਅਤੇ ਸ਼ੁਰੂ ਤੋਂ ਹੀ ਸੰਗੀਤ ਦੇ ਨਾਲ ਪਿਆਰ ਸੀਗਾ ਅਤੇ ਘਰਦਿਆਂ ਨੇ ਸਪੋਰਟ ਸੀਗੇ ਅਤੇ ਕੀਰਤਨ ਕਰਨਾ, ਪਰ ਗਾਉਣਾ ਗਾਉਣ ਵੱਲ ਉੱਧਰ ਨਹੀਂ ਸਪੋਰਟ ਕਰਦੇ ਸੀਗੇ। ਮੰਮੀ ਸੀਗੇ ਥੋੜ੍ਹੇ ਜਿਹੇ ਵੀ ਚਲੋ ਕੋਈ ਨਹੀਂ, ਮੈਂ ਜਦ ਗਾਉਣ ਆਉਂਦਾ ਹੁੰਦਾ ਸੀ ਸਕੂਲ ਟਾਈਮ ਗਾਣੇ ਗੁਣੇ, ਤਾਂ ਮੇਰੇ ਡੈਡੀ ਮੈਨੂੰ ਕਹਿੰਦੇ ਸੀ ਆਪਾਂ ਕੀਰਤਨ ਹੀ ਕਰਨਾ ਤੂੰ, ਹੈ ਨਾ। ਅਤੇ ਇਸ ਕਰਕੇ ਸਪੋਰਟ ਥੋੜ੍ਹੀ ਜਿਹੀ ਹੈਗੀ ਵੀ ਸੀਗੀ ਸੰਗੀਤ ਵੱਲੋਂ, ਪਰ ਕੀਰਤਨ ਲਾਈਨ 'ਚ ਉਹ ਕਹਿੰਦੇ ਸੀ ਦੂਜੇ ਪਾਸੇ ਨਹੀਂ ਜਾਣਾ। ਹਾਂਜੀ, ਫਿਰ ਡਾਇਰੈਕਟਿੰਗ ਲਾਈਨ 'ਚ ਕਿੱਦਾਂ ਆ ਗਏ? ਬਸ ਜੀ ਸ਼ੌਂਕ ਸੀਗਾ ਤੁਹਾਨੂੰ ਦੱਸੇ ਆ, ਅਤੇ ਹੌਲੀ ਹੌਲੀ ਜਦੋਂ ਪਲੱਸ ਟੂ ਤੋਂ ਬਾਅਦ ਮੈਂ ਡੀ ਫਾਰਮੇਸੀ ਕਰਨ ਲੱਗਿਆ, ਉਸ ਤੋਂ ਬਾਅਦ ਮੈਨੂੰ ਥੋੜ੍ਹਾ ਜਿਹਾ ਸ਼ੌਂਕ ਜਾਗਿਆ ਕਿ ਯਾਰ ਕਿਉਂ ਨਾ ਵੀ ਆਪਾਂ ਗਾਓ ਤਾਂ ਲੈਂਦੀ ਹਾਂ, ਕਿਉਂ ਨਾ ਆਪਾਂ ਮਿਊਜ਼ਿਕ ਡਾਇਰੈਕਟਰ ਬਣੀਏ, ਹੈ ਨਾ। ਵੀ ਮੇਰਾ ਦਿਲ ਹੀ ਤਮੰਨਾ ਸੀਗੀ ਕਿਉਂਕਿ ਮੈਂ ਹਨੀ ਸਿੰਘ ਨੂੰ ਸੁਣਦਾ ਸੀਗਾ ਉਸ ਟਾਈਮ, ਹਨੀ ਸਿੰਘ ਬੜਾ ਹਿੱਟ ਹੋਏ ਸੀਗੇ, ਅਤੇ ਮੈਂ ਮੇਰੇ ਦਿਲ ਦੀ ਤਮੰਨਾ ਸੀ ਕਿ ਮੈਂ ਵੀ ਮਿਊਜ਼ਿਕ ਡਾਇਰੈਕਟਰ ਬਣਾ, ਤਾਂ ਫਿਰ ਮੈਂ ਸਿੱਖਣਾ ਸ਼ੁਰੂ ਕਰਤਾ ਜੀ। ਹਾਂਜੀ, ਪਹਿਲਾਂ ਤੁਸੀਂ ਜਿਹੜਾ ਮਿਊਜ਼ਿਕ ਕਿਹਨਾਂ ਤੋਂ ਸਿੱਖਿਆ ਹੈ, ਜਿਹੜਾ ਡਾਇਰੈਕਟਿੰਗ ਦਾ ਕੰਮ ਹੈ? ਇੱਕ ਕਹਿੰਦੇ ਮਿਊਜ਼ਿਕ ਹੁੰਦਾ ਉਹ ਤੁਹਾਡੇ ਘਰ ਦੀ ਵਿੱਚੀ ਦੀ ਆਪਣੀ ਗਾਇਕੀ ਪਹਿਲਾਂ, ਜਿਹੜਾ ਡਾਇਰੈਕਟਿੰਗ ਦਾ ਕੰਮ ਹੈ ਬੜਾ ਔਖਾ, ਕਹਿੰਦੇ ਕਿਹਨਾਂ ਤੋਂ ਸਿੱਖਿਆ? ਇਹ ਮੇਰੇ ਜੀ ਉਸਤਾਦ ਜੀ ਨੇ ਸੁਖਦਰਸ਼ਨ ਸਟੂਡੀਓ ਤੋਂ, ਪੁਸ਼ਪਿੰਦਰ ਜੀ, ਮੈਂ ਉਹਨਾਂ ਤੋਂ ਰਿਕਾਰਡਿੰਗ ਸਿੱਖੀ ਹੈ ਜੀ। ਉਹਨਾਂ ਤੋਂ ਦੇਸੀ ਗੁਰੂ ਵਾਲੇ ਭਾਅ ਜੀ, ਗੋਲਡੀ ਸਤਪਾਲ ਭਾਅ ਜੀ, ਅਤੇ ਆਪਣਾ ਜੀ ਗੁਰੀ ਵੀਰਾ, ਉਹਨਾਂ ਕੋਲੋਂ ਹੀ ਸਿੱਖਦੇ ਰਹੇ ਨੇ। ਮੈਂ ਉਹਨਾਂ ਤੋਂ ਯੂਨੀਅਰ ਸੀਗਾ ਅਤੇ ਉਹਨਾਂ ਕੋਲੋਂ ਮੈਂ ਸਿੱਖਿਆ ਜੀ। ਹਾਂਜੀ, ਇਹਦੇ ਵਿੱਚ ਸਿੱਖਣ ਲਈ ਕਿੰਨਾ ਕੁ ਟਾਈਮ ਲੱਗ ਗਿਆ ਤੁਹਾਨੂੰ? ਮੈਂ ਜੀ ਉਸਤਾਦ ਜੀ ਕੋਲ ਸਾਲ ਕੁ ਲਾਇਆ, ਹਾਂ ਇੱਕ ਸਾਲ ਦੇ ਵਿੱਚ ਸਿੱਖਿਆ ਸੀ, ਉਸ ਤੋਂ ਬਾਅਦ ਫਿਰ ਆਪਣਾ ਸਟੂਡੀਓ ਲਾ ਲਿਆ ਜੀ ਸਾਲ ਤੋਂ ਬਾਅਦ ਜੀ, ਪਾਰਟਨਰਸ਼ਿਪ 'ਤੇ। ਉਹ ਕਿੱਥੇ ਲਾਇਆ ਸੀ ਪਹਿਲਾਂ ਜੀ? ਪਹਿਲਾਂ ਸਰਹੰਦ ਲਾਇਆ ਸੀਗਾ ਜੀ, ਅਤੇ ਉਹ ਮੇਰੇ ਫਿਰ ਪਾਰਟਨਰ USA ਚਲੇ ਗਏ, ਫਿਰ ਮੈਂ ਆਪਣਾ ਖੰਨੇ ਹੁਣ ਲਾਇਆ ਜੀ ਆਪਦਾ ਸਟੂਡੀਓ। ਸਟੂਡੀਓ ਦੇ ਵਿੱਚ ਆਪਣੇ ਕਿੰਨੇ ਕੁ ਸਿੰਗਰ ਤੁਹਾਡੇ ਕੋਲ ਆ ਚੁੱਕੇ ਨੇ ਜਿਨ੍ਹਾਂ ਤੋਂ ਅਸੀਂ ਪ੍ਰੋਜੈਕਟ ਕੀਤੇ ਨੇ? ਮੈਂ ਜੀ ਕਾਫੀ ਸਿੰਗਰਸ ਦੇ ਗਾਣੇ ਕਰ ਚੁੱਕੇ ਹਾਂ ਜੀ, ਜਿਸ ਤਰ੍ਹਾਂ ਜੈਨੀ ਜੋਲ ਜੀ, ਹੁਣ ਕਰੋਨਾ ਦੇ ਵਿੱਚ ਸੀਗਾ ਗਾਣਾ ਰੱਖ ਲਿਆ ਜੱਗ ਸੜਦੇ ਨੂੰ, ਸਿਰਜਣਹਾਰੇ ਪਰਵਤਗਾਰਾ, ਸਾਡਾ ਬਹੁਤ ਲੋਕਾਂ ਨੇ ਪਿਆਰ ਦਿੱਤਾ ਜੀ ਉਸ ਗਾਣੇ ਨੂੰ, ਅਤੇ ਉਹ ਗਾਣਾ ਤੁਸੀਂ ਦੇਖ ਲਓ ਅਸੀਂ 2-3 ਦਿਨ ਦੇ ਵਿੱਚ ਬਣਾਇਆ। ਮੈਨੂੰ ਜੈਨੀ ਜੋਲ ਦੇ ਬ੍ਰਦਰ ਆਜ਼ਾਦ ਭਾਅ ਜੀ ਦੀ ਕਾਲ ਆਈ ਕਿ ਵੀ ਭਾਅ ਜੀ ਆਪਾਂ, ਮੈਂ ਉਹਨਾਂ ਨੂੰ ਪਹਿਲਾਂ ਦਰਅਸਲ ਡੰਮੀਆਂ ਭੇਜੀਆਂ ਸੀ ਕੁਛ ਕੁ, ਜਿਹੜੀਆਂ ਸਿੰਘਜੀਤ ਵੀਰੇ ਦੀਆਂ, ਵਿੱਕੀ ਧਾਲੀਵਾਲ ਦੀਆਂ, ਜੰਗ ਸੰਧੂ ਭਾਅ ਜੀ ਦੇ ਬਣੀਆਂ ਪਈਆਂ ਸੀਗੀਆਂ ਕਿ ਭਾਅ ਜੀ ਮੈਂ ਤੁਹਾਡੇ ਨਾਲ ਗਾਣਾ ਕਰਨਾ, ਅਤੇ ਉਹਨਾਂ ਨੇ ਕਿਹਾ ਵੀ ਚਲੋ ਆਪਾਂ ਇਹ ਵੀ ਦੇਖ ਲਾਂਗੇ, ਹਜੇ ਤਾਂ ਤੁਸੀਂ ਵੀ ਸਾਡਾ ਉਹ ਆ ਵੀ ਕਿ ਆਪਾਂ ਕਰੋਨਾ 'ਤੇ ਕੁਛ ਕਰੀਏ, ਅਤੇ ਮੈਂ ਭਾਅ ਜੀ ਕੁਛ ਭੇਜੋ, ਅਤੇ ਉਹਨਾਂ ਨੇ ਮੈਨੂੰ ਲਿਰਿਕਸ ਭੇਜੇ ਜੋ ਕਿ ਉਹਨਾਂ ਦੇ ਪਾਪਾ ਨੇ ਲਿਖੇ ਨੇ, ਜੈਨੀ ਜੋਲ ਦੀਦੀ ਦੇ ਪਾਪਾ ਨੇ, ਅਤੇ ਉਹ ਸਾਡਾ ਬੜਾ ਗਾਣਾ ਮੈਂ ਕਹਿ ਲਓ ਕਿ ਇੰਨਾ ਕੁ ਲੋਕਾਂ ਨੇ ਪਸੰਦ ਕੀਤਾ, ਬਹੁਤ ਮੈਨੂੰ ਉਹ ਗਾਣਾ ਕਰਕੇ ਬਹੁਤ ਸਕੂਨ ਮਿਲਿਆ ਜੀ। ਤੁਹਾਡੀ ਪਹਿਚਾਣ ਕਿਹੜੇ ਗਾਣੇ ਨੇ ਬਣਾਈ ਪਹਿਲਾਂ?
ਮੇਰੀ ਸਭ ਤੋਂ ਪਹਿਲਾਂ ਪਹਿਚਾਣ ਬਣਾਈ ਜੀ, ਮੇਰਾ ਸਭ ਤੋਂ ਪਹਿਲੇ ਗਾਣਾ ਸੀਗਾ ਜਿਨ੍ਹਾਂ ਲਈ ਕਟਾਏ ਪੁੱਤ ਚਾਰ ਸਿੰਘ ਗੁਰਪ੍ਰੀਤ ਵੀਰ ਦਾ, ਉਹ ਉਸ ਗਾਣੇ ਨੇ ਆਉਣਗੇ ਉਹ ਬੰਨ ਕੇ ਰੁਮਾਲ ਬਾਜਾਂ ਵਾਲੇ ਤੂੰ, ਜਿਨ੍ਹਾਂ ਲਈ ਕਟਾਏ ਪੁੱਤ ਚਾਰ, ਹੈ ਨਾ ਜੀ। ਉਹ ਸਭਾ ਦੇ ਦਿਨਾਂ ਦੇ ਵਿੱਚ ਲੰਗਰਾਂ ਦੇ ਵਿੱਚ ਮੈਂ ਸੁਣਦਾ ਹੁੰਦਾ, ਬੜਾ ਮਨ ਨੂੰ ਉਦੋਂ ਵੀ ਸਕੂਨ ਮਿਲਦਾ, ਮੈਂ ਇੱਦਾਂ ਦੇ ਗਾਣੇ ਬਣਾਉਣਾ ਹੈ ਨਾ ਜੀ। ਅਤੇ ਉਸ ਗਾਣੇ ਨੇ ਮੈਨੂੰ ਬਹੁਤ, ਮੇਰੀ ਵਰਲਡ ਲੈਵਲ 'ਤੇ ਬਹੁਤ ਪਹਿਚਾਣ ਬਣਾਈ ਹੈ ਜਿਨ੍ਹਾਂ ਲਈ ਕਟਾਏ ਪੁੱਤ ਚਾਰ ਨੇ, ਹੈ ਨਾ ਜੀ। ਉਹ ਗਾਣਾ ਸਾਡਾ ਬੜਾ ਫੇਮਸ ਰਿਹਾ ਅਤੇ ਲੋਕਾਂ ਨੇ ਬਹੁਤ ਉਸ ਗਾਣੇ ਨੂੰ ਸੁਣ ਕੇ, ਮੈਂ ਕਈਆਂ ਦੀ ਕੌਲਾਂ ਵੀ ਆਈਆਂ ਸਾਨੂੰ, ਅਤੇ ਬਹੁਤ ਜਣਿਆਂ ਨੇ ਸਿਰ 'ਤੇ ਕੇਸ ਵੀ ਰੱਖ ਲਏ ਉਸ ਗਾਣੇ ਨੂੰ ਸੁਣ ਕੇ ਜੀ। ਉਹ ਗਾਣੇ ਨੂੰ ਬੜਾ ਸਕੂਨ ਮਿਲਿਆ ਜੀ ਉਹ ਗਾਣਾ ਕਰਕੇ। ਬੰਨ ਕੇ ਰੁਮਾਲ ਚਮਕੌਰ ਸਾਹਿਬੇ ਆਉਣਗੇ ਤੂੰ, ਜਿੰਨਾ ਲਈ ਕਟਾਏ ਪੁੱਤ ਚਾਰ ਬਾਜਾਂ ਵਾਲਿਆ, ਜਿੰਨਾ ਲਈ ਕਟਾਏ ਪੁੱਤ ਚਾਰ ਆਉਣਗੇ ਜ਼ਰੂਰ ਕਰਵਾ ਕੇ ਸ਼ੇਵਾਂ ਤਾਜ਼ੀਆਂ, ਆਉਣਗੇ ਜ਼ਰੂਰ ਆਉਣਗੇ ਜ਼ਰੂਰ ਕਰਵਾ ਕੇ ਸ਼ੇਵਾਂ ਤਾਜ਼ੀਆਂ, ਵੇਖਣੇ ਲਈ ਕੁਨੀ ਉਹ ਦੀਵਾਰ ਬਾਜਾਂ ਵਾਲਿਆ, ਤੂੰ ਜਿੰਨਾ ਲਈ ਕਟਾਏ ਪੁੱਤ ਚਾਰ ਜਿੰਨਾ ਲਈ ਕਟਾਏ ਪੁੱਤ ਚਾਰ ਬਾਜਾਂ ਵਾਲਿਆ, ਤੂੰ ਜਿੰਨਾ ਲਈ ਕਟਾਏ ਪੁੱਤ ਚਾਰ। ਕੋਈ ਆਪਣਾ ਨਵਾਂ ਪ੍ਰੋਜੈਕਟ ਕੋਈ ਸੁਣਾਓ। ਨਵਾਂ ਪ੍ਰੋਜੈਕਟ ਭਾਅ ਜੀ ਤੁਹਾਨੂੰ ਕੋਈ ਗੱਲ ਨਹੀਂ, ਸਸਪੈਂਸ਼ਨ ਸੁਣਾ ਦਾਂਗੇ। ਬਾਕੀ ਨਿਸ਼ਾ ਬਾਨੋ ਮੈਮ ਦਾ ਇੱਕ ਗਾਣਾ ਚੱਲ ਰਿਹਾ ਭਾਅ ਜੀ, ਉਹ ਵੀ ਜਲਦ ਅਸੀਂ ਕਰਾਂਗੇ, ਹੈ ਨਾ। ਬਾਕੀ ਰੁਪਿੰਦਰ ਹਾਂਡਾ ਮੈਮ ਦਾ ਇੱਕ ਗਾਣਾ ਉਹ ਚੱਲ ਰਿਹਾ ਜੀ। ਡਾਇਰੈਕਟਰ ਸਾਹਿਬ ਜੀ, ਜਿੱਦਾਂ ਕਿ ਤੁਸੀਂ ਬੜੇ ਗਾਣੇ ਡਾਇਰੈਕਟ ਕੀਤੇ ਨੇ, ਬੜੇ ਮਿਊਜ਼ਿਕ ਤੁਸੀਂ ਦਿੱਤਾ ਗਾਣਿਆਂ ਨੂੰ, ਉਹਨਾਂ ਦੇ ਵਿੱਚ ਇੰਟਰਨੈਸ਼ਨਲ ਸਿੰਗਰ ਕਿਹੜੇ ਕਿਹੜੇ ਨੇ ਜਿਨ੍ਹਾਂ ਤੁਸੀਂ ਕੰਮ ਕੀਤਾ? ਇੰਟਰਨੈਸ਼ਨਲ ਗਾਇਕ ਭਾਅ ਜੀ ਜੱਸੀ ਬੈਂਸ ਭਾਅ ਜੀ, ਜਿਨ੍ਹਾਂ ਦਾ ਗਾਣਾ ਸੀ ਰੱਬਾ ਸਾਡੇ ਵਾਸਤੇ ਬਣਾਈ ਜਿਹੜੀ ਕੁੜੀ, ਸਾਨੂੰ ਇੱਕ ਹੈ ਨਾ, ਉਹਨਾਂ ਦਾ ਕੀਤਾ ਵਾ। ਹਰਵਿੰਦਰ ਹੈਰੀ ਵਾਇਸ ਓ ਪੰਜਾਬ, ਉਹਨਾਂ ਦਾ ਕਰਕੇ ਹਟੇ ਆ ਭਾਅ ਜੀ। ਬਾਕੀ ਪ੍ਰਦੀਪ ਗਿੱਲ ਹੋ ਗਿਆ ਮੁੰਡਾ, ਜੱਸੀ ਜੱਸ ਹੋ ਗਿਆ, ਕਾਫੀ ਸਿੰਗਰਸ ਨੇ ਹੋਰ ਵੀ ਜਿਨ੍ਹਾਂ ਦੇ ਮੈਂ ਕਰ ਚੁੱਕੇ ਹਾਂ। ਇਹਦੇ ਵਿੱਚ ਆਪਣੇ ਕਿੰਨੇ ਕੁ ਗਾਣੇ ਤੁਹਾਡੇ ਮਾਰਕੀਟ ਦੇ ਵਿੱਚ ਜਿਹੜੇ ਆ ਚੁੱਕੇ ਨੇ? ਮੇਰੇ ਮਾਰਕੀਟ ਦੇ ਵਿੱਚ ਭਾਅ ਜੀ 50 to 60 ਸੌਂਗ ਆ ਚੁੱਕੇ ਨੇ। ਹਾਂਜੀ, ਇਹ ਸਾਰੇ ਹੈਗੇ ਨੇ ਹਾਈ ਪੱਧਰ ਦੇ ਨੇ ਸਾਰੇ? ਨਹੀਂ, ਕੁਛ ਛੋਟੇ ਵੀ ਨੇ, ਕੁਛ ਵੱਡੇ ਨੇ। ਜਿੱਦਾਂ ਤੁਸੀਂ ਸੰਗੀਤ ਦੇ ਵਿੱਚ ਬੜੀਆਂ ਆਪਣੀਆਂ ਧਮਾਲਾਂ ਪਾਈਆਂ ਨੇ, ਇਹਦੇ ਵਿੱਚ ਕਹਿੰਦੇ ਰੋਕ ਟੋਕ ਵੀ ਬੜੀ ਹੋਈ ਹੋਣੀ, ਜਿਹੜਾ ਸੰਗੀਤ ਦੀ ਦੁਨੀਆ ਦੇ ਵਿੱਚ ਚੱਲਦਾ, ਇਹਦੇ ਵਿੱਚ ਕਹਿੰਦੇ ਨੇ ਆਹ ਕੰਮ ਕਰਨਾ ਨਹੀਂ ਹੈਗਾ, ਕਿਸੇ ਨੇ ਸਪੋਰਟ ਕੀਤੀ ਆ? ਹਾਂਜੀ, ਮੇਰੇ ਪੇਰੈਂਟਸ ਵੱਲੋਂ ਬਹੁਤ ਸਪੋਰਟ ਰਹੀ ਜੀ। ਮੈਂ ਤੁਹਾਨੂੰ ਇਹ ਗੱਲ ਜ਼ਰੂਰ ਦੱਸੂਗਾ ਅੱਜ, ਕਿਉਂਕਿ ਮੇਰੇ ਨਾ ਜੀ, ਮੈਂ ਫਰੀ ਮਾਈਂਡਡ ਰਿਹਾ, ਮੇਰਾ ਲੋਕਾਂ ਨੇ ਪਿੱਠ ਪਿੱਛੇ ਹਰੇਕ ਦੇ ਮਜ਼ਾਕ ਉਡਾਉਂਦੇ ਨੇ, ਮੇਰਾ ਬਹੁਤ ਅੜਾਇਆ ਯਾਰ ਇਹਨੇ ਕੀ ਕਰਨਾ ਕੀ, ਹੈ ਨਾ ਵੀ। ਪਰ ਮੈਂ ਲੱਗਿਆ ਰਹਿੰਦਾ ਸੀ ਆਪਣੀ ਮਿਹਨਤ, ਮੈਂ ਕਹਿੰਦਾ ਸੀਗਾ ਵੀ ਕੋਈ ਗੱਲ ਨਹੀਂ, ਬੋਲਦੇ ਨੇ ਬੋਲਣ ਦੇ, ਇਹਨਾਂ ਦਾ ਇੱਦਾਂ ਨਹੀਂ, ਜਿੱਦਣ ਆਪਾਂ ਕੰਮ ਕਰਕੇ ਦਿਖਾਵਾਂਗੇ ਇਹਨਾਂ ਦੇ, ਉੱਦਣ ਮੂੰਹ 'ਚ ਮੂੰਹ ਬੰਦ ਕਰਾਂਗੇ। ਮੇਰੇ ਕੰਮ ਨੇ ਮੂੰਹ ਬੰਦ ਕੀਤੇ ਨੇ ਉਹ ਬੰਦਿਆਂ ਦੇ, ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਜਿਹੜੇ ਬੰਦਿਆਂ ਨੂੰ ਮੈਂ, ਜਿਹੜੇ ਬੰਦੇ ਮੈਨੂੰ ਦੇ ਕੇ ਪਾਸਾ ਵੱਟ ਜਾਂਦੇ ਸੀ, ਅੱਜ ਆ ਕੇ ਖੁਦ ਮਿਲਦੇ ਨੇ ਕਿ ਯਾਰ ਭਾਅ ਜੀ ਵਾਕਈ ਹੈਗਾ ਦਮ ਤੁਹਾਡੇ 'ਚ, ਹੈ ਨਾ। ਮੈਂ ਕਿਸੇ ਟਾਈਮ ਸੀਗਾ ਕਿ ਬੰਦੇ ਦੇ ਕੇ ਪਾਸੇ ਹੀ ਵੱਟ ਜਾਂਦੇ ਸੀਗੇ ਕਿ ਯਾਰ ਛੱਡ, ਅਤੇ ਹੈ ਨਾ ਮਜ਼ਾਕ ਉਡਾਉਂਦੇ ਸੀਗੇ। ਪਰ ਅੱਜ ਦੀ ਡੇਟ 'ਚ ਵਾਹਿਗੁਰੂ ਦੀ ਇੰਨੀ ਕੁ ਕਿਰਪਾ ਜੀ, ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਬੰਦੇ ਹੁਣ ਜਦ ਦੇਖਦੇ ਨੇ ਕਿ ਵੱਡੇ ਸਿੰਗਰਾਂ ਦੇ ਕੰਮ ਕਰ ਰਿਹਾ, ਆਲਰੇਡੀ ਹੋਰ ਵੀ ਇਹਦੇ ਕੰਪਨੀਆਂ ਦੇ ਨਾਲ ਬਹੁਤ ਵਧੀਆ ਰਿਲੇਸ਼ਨ ਨੇ ਵੱਡੀਆਂ ਵੱਡੀਆਂ ਕੰਪਨੀਆਂ ਦੇ ਨਾਲ, ਤਾਂ ਹੁਣ ਖੁਦ ਚੱਲ ਕੇ ਆ ਪਾਉਂਦੇ ਨੇ। ਛੱਤ ਵਾਲਾ ਜਦੋਂ ਅੱਖਾਂ ਖੋਲਦਾ, ਕੱਚੇ ਜੇ ਸ਼ਲਾਰੂਆਂ ਨੂੰ ਰੱਖੇ ਰੋਲ ਕੇ, ਉਹਦੇ ਅੱਗੇ ਡਿੱਗਦੇ ਛੱਤੀਰਾਂ ਵਰਗੇ, ਉਹਦੇ ਅੱਗੇ ਡਿੱਗਦੇ ਛੱਤੀਰਾਂ ਵਰਗੇ, ਕਹਿੰਦੇ ਆ ਕਹਾਉਂਦਿਆਂ ਨੂੰ ਪਾਉਂਦਾ ਲੰਮਿਆਂ, ਮੌਤੀ ਵੀ ਨਹੀਂ ਗੀਤਾਂ ਵਿੱਚ ਹਵਾ ਕਰੀ ਦੀ, ਮੌਤ ਨੂੰ ਨਹੀਂ ਕਾਕਾ ਕਦੇ ਕੋਈ ਜੰਮਿਆ, ਮੌਤੀ ਨਹੀਂ ਬੰਦੂਕਾਂ ਨਾਲ ਹਵਾ ਕਰੀ ਦੀ, ਮੌਤ ਨੂੰ ਨਹੀਂ ਕਾਕਾ ਕਦੇ ਕੋਈ ਜੰਮਿਆ। ਡਾਇਰੈਕਟਰ ਸਾਹਿਬ ਜੀ, ਜਿੱਦਾਂ ਕਿ ਤੁਸੀਂ ਗਾਣੇ ਬੜੇ ਡਾਇਰੈਕਟ ਕਰੇ, ਜਿਹੜਾ ਤੁਹਾਡੇ ਗਾਣਾ ਦਿਲ ਨੂੰ ਲੱਗਿਆ ਹੋਵੇ ਉਹ ਗਾਣਾ ਸੁਣੋ। ਮੇਰਾ ਜੀ ਜੱਸੀ ਬੈਂਸ ਭਾਅ ਜੀ ਦਾ ਗਾਣਾ, ਮੇਰਾ ਰਿਪਲਾਈ ਟੂ ਗੈਂਗਸਟਰ, ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਨਾ ਸੇਧ ਦੇਣ ਲਈ ਇੱਕ ਗਾਣਾ ਅਸੀਂ ਬਣਾਇਆ ਸੀਗਾ, ਹੈ ਨਾ। ਗੀਤਾਂ 'ਚ ਬਹੁਤ ਹੀ ਨੀ ਹਵਾ ਕਰੀ, ਮੈਂ ਤੁਹਾਨੂੰ ਸੁਣਾਉਣਾ ਗਾਣਾ।
ਹਾਂਜੀ ਡਾਇਰੈਕਟਰ ਸਾਹਿਬ ਤੁਹਾਡਾ ਗਾਣਾ ਬੜਾ ਵਧੀਆ ਤੁਸੀਂ ਇਹ ਜਿਹੜੇ ਗਾਣੇ ਤੁਸੀਂ ਇੰਨੇ ਵਧੀਆ ਡਾਇਰੈਕਟ ਕੀਤੇ ਨੇ ਇਹਦੇ ਵਿੱਚ ਇੱਕ ਵੀਡੀਓ ਬਣਾਉਣ ਦਾ ਰੋਲ ਹੁੰਦਾ ਡਾਇਰੈਕਟਰ ਦਾ ਤੁਹਾਨੂੰ ਮਿਊਜ਼ਿਕ ਡਾਇਰੈਕਟਰ ਇੱਕ ਵੀਡੀਓ ਡਾਇਰੈਕਟਰ ਹੁੰਦਾ ਇਹਦੇ ਵਿੱਚ ਇੰਨੀ ਵਧੀਆ ਜਿਹੜੀ ਵੀਡੀਓ ਬਣਾਈ ਆ ਡਾਇਰੈਕਟਰ ਨੇ ਕਿਹੜਾ ਜਿਹੜੇ ਤੁਹਾਡੇ ਭਰਾ ਜਿਹੜੇ ਸਾਥ ਦੇ ਰਹੇ ਨੇ ਮੇਰਾ ਭਰਾ ਜੀ ਅਸੀਂ ਕਾਫੀ ਟਾਈਮ ਤੋਂ ਇਕੱਠੇ ਕਰ ਰਹੇ ਮੈਂ ਅਤੇ ਮਾਇਆ ਪ੍ਰੋਡਕਸ਼ਨ ਵਾਲਾ ਵੀਰ ਗਗਨ ਅਸੀਂ ਹਾਂ ਵੀਡੀਓ ਇਹ ਡਾਇਰੈਕਟ ਉਹਨਾਂ ਨੇ ਕੀਤਾ ਸੀਗਾ ਅਸੀਂ ਰਲ ਕੇ ਡਾਇਰੈਕਟ ਕੀਤਾ ਸੀ ਵੀਡੀਓ ਵੀ ਦੋਨਾਂ ਨੇ ਸੋ ਉਹਨਾਂ ਦਾ ਬੜਾ ਸਾਥ ਰਿਹਾ ਮੇਰਾ ਉਹਨਾਂ ਨੂੰ ਅਤੇ ਉਹਨਾਂ ਦਾ ਮੈਨੂੰ ਅਸੀਂ ਦੋਨੇ ਹੁਣ ਵੀ ਅਸੀਂ ਇਨ ਫਿਊਚਰ ਵੀ ਕਾਫੀ ਪ੍ਰੋਜੈਕਟ ਅੱਗੇ ਵੀ ਇਕੱਠੇ ਕਰ ਰਹੇ ਹਾਂ ਜਿੱਦਾਂ ਕਿ ਅੱਜ ਤੱਕ ਤੁਸੀਂ ਬੜੀਆਂ ਬੁਲੰਦੀਆਂ ਉਚਾਈਆਂ ਨੇ ਇਹਦੇ ਨਾਲ ਕਹਿੰਦੇ ਆਪਣੇ ਯਾਰਾਂ ਦੋਸਤਾਂ ਦਾ ਬੜਾ ਹੱਥ ਹੁੰਦਾ ਇੱਕ ਲੱਤਾਂ ਖਿੱਚਣ 'ਚ ਇੱਕ ਉੱਪਰ ਚੱਕਣ 'ਚ ਹਾਂਜੀ ਉਹਦੇ ਵਿੱਚ ਮੇਰੇ ਬਹੁਤ ਫਰੈਂਡ ਨੇ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਹੈ ਪਰ ਮੈਂ ਨਾਮ ਦੀ ਲਿਸਟ ਬਹੁਤ ਵੱਡੀ ਹੈ ਹੈ ਨਾ ਅਤੇ ਬਹੁਤ ਫਰੈਂਡ ਨੇ ਮੇਰੇ ਜਿਨ੍ਹਾਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਆ ਮੈਂ ਉਹਨਾਂ ਨੂੰ ਨਾਮ ਤਾਂ ਮੈਨੂੰ ਹੁਣ ਬਹੁਤ ਲੰਬੇ ਨੇ ਕਾਫੀ ਜਣੇ ਹੈਗੇ ਨੇ ਸੋ ਸਭ ਦਾ ਥੈਂਕਸ ਆ ਮੇਰਾ ਹਾਂਜੀ ਤੁਸੀਂ ਸਾਨੂੰ ਬਹੁਤ ਟਾਈਮ ਦਿੱਤਾ ਜੀ ਕੀਮਤੀ ਸਮਝ ਸਮਾਂ ਕੱਢ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਅ ਜੀ ਥੈਂਕਸ ਜਿਹੜਾ ਤੁਸੀਂ ਸਾਡੇ ਸਟੂਡੀਓ ਆਏ ਹੈ ਨਾ ਅਤੇ ਤੁਹਾਡਾ ਬਹੁਤ ਬਹੁਤ ਥੈਂਕਸ ਆ ਬੂਟਾ ਭਾਅ ਜੀ ਤੁਹਾਡੀ ਪੂਰੀ ਟੀਮ ਦਾ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਨਿਊ 26 ਦੇਖ ਰਹੇ ਨਿਊ 26 ਤੋਂ ਬੂਟਾ ਦਾ ਨਿਊ